नाम कर्ता पुरुष निर्भय निर्वैर अकाल मूरत अजूनी सैभं गुरप्रसाद तू समरथ वड्डा मेरी मत थोरी राम पालें अकिरत कणा पूरण दृष्ट तेरी राम काबिले अदब परम सन्मान योग छतर चवर तख दिमालक साहिब सतगुरु धन 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 श्री गुरु ग्रंथ साहिब महाराज जी दी पावन पवित्र बख्शिशो मेहरामत दा सदका और आप देश विदेश दी धरती ते वसदियां होईयां गुरु प्यारियां गुरबाणी नू प्यार करन वालियां संगतां दे सहयोग दे नाल अजीत वैब टीवी दे वल्लों जो एक गुरबाणी नू जानन दा उपराला कीता जा रहा है उसे दे तहत आपां जपजी साहिब दी पावन बाणी नू समझण दा यतन कर रहे हां। तो अज जपजी साहिब दी 10वीं पौड़ी जिस नू आपां विचारण दा समझण दा यतन करना है तो करो कृपा बख्शो असीस। विचारां दी प्रारंभता करन तो पहलां साहिबे कमाल कृपालू पिता बादशाह दरवेश पुत्रां दे दानी अमृत के दाते कादरे हरकार बेकसारा यार हक राग गंजूर जुमला फैजे नूर बाजां वाले सतगुरु धन धन श्री गुरु गोबिंद सिंह साहिब जी द्वारा बख्शिश की गई फतेह धन धन श्री गुरु ग्रंथ साहिब जी के पावन चरणा कमलों का ध्यान धरदियां दोने हथ जोड़ बा अदब शीश झुका के सारे आखो जी वाहेगुरु जी का खालसा वाहेगुरु जी की फतेह। सब नालों पहला आपां इस पावन पौड़ी का जो मूल पाठ है उचारण पक्ष है उसनू आपां पहलां सरवण करिए। धन गुरु नानक साहिब महाराज 10वीं पौड़ी दे अंदर अपनी मुबारक रसना तो वचन पै करते ने सुनया सत संतोख गयान सुनया अठ सठ का इशनान सुनया पढ़ पढ़ पावें मान सुनया लागै सहज ध्यान नानक भगतां सदा विगास सुनै दुख पाप का नाश। सतगुरां ने सुनन दे संबंध दे विच जपजी साहब दे अंदर चार पौड़ियां जिहड़ियां लगातार उचारण कीतियां जिन्हां विचों आपां दो पौड़ियां दी विचार पिछले भागां दे अंदर कर चुके हां। इह अज सुनन दे विशे उत्ते तीसरी पौड़ी है ते महाराज सुनन दी किड्डी वड्डी महानता है और इनू एक भगती आख्या। जे कोई किते प्रेम दे नाल श्रोता बन के सरवण कर लवे तां उहदे नाल किड्डी वड्डी मेहरामत किड्डी वड्डी बख्शिश प्राप्त हुंदी है। ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਬਚਨਾਂ ਰਾਹੀਂ ਸਾਨੂੰ ਦਾਤ ਦਿੱਤੀ ਕਿਉਂਕਿ ਸਾਨੂੰ ਜੋ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕੰਨ ਦਿੱਤੇ ਹਨ ਜਿਸ ਬਾਬਤ ਧੰਨ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਦੀ ਬਾਣੀ ਵਿੱਚ ਬਚਨ ਆਖਦੇ ਹੈ ਇਹ ਸ਼ਰਵਣੋ ਮੇਰਿਓ ਸੱਚੈ ਸੁਨਣੈ ਨੋ ਪਠਾਏ ਸੱਚ ਹੈ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ
ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੈ ਸੁਣਨੈ ਨੂੰ ਪਠਾਏ। ਹੁਣ ਸਤਿਗੁਰੂ ਮਹਾਰਾਜ ਗੁਰਬਾਣੀ ਅੰਦਰ ਸੁਣਨ ਦੀ ਵਾਰ ਵਾਰ ਬਾਤ ਕਰਦੇ, ਔਰ ਆਪ ਭਲੀ ਭਾਂਤ ਜਾਣਦੇ ਹੋਵੋਗੇ, ਇੱਕ ਉਹ ਵੀ ਸਮਾਂ ਸੀ ਜਦੋਂ ਵਰਨਮੰਡ 'ਤੇ ਆਧਾਰਿਤ ਸਮਾਜ ਚੱਲਦਾ ਸੀ। ਅੱਜ ਵੀ ਅਸੀਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਵਿੱਚ ਫਸੇ ਹੋਏ ਹਾਂ। ਊਚ ਹੈ, ਨੀਚ ਹੈ, ਜਾਤ ਵੱਡੀ ਹੈ, ਛੋਟੀ ਹੈ, ਇਹ ਫਲਾਣੇ ਵਰਨ ਦਾ ਹੈ ਤੋ ਪਵਿੱਤਰ ਹੈ, ਫਲਾਣੇ ਦਾ ਹੈ ਤੋ ਨੀਚ ਹੈ, ਪਵਿੱਤਰ ਹੈ, ਮਲੀਨ ਹੈ। ਔਰ ਉਸ ਸਮੇਂ ਦੇ ਅੰਦਰ ਜਿਸ ਨੂੰ ਸ਼ੂਦਰ ਕਿਹਾ ਜਾਂਦਾ ਸੀ, ਜਿਸ ਨੂੰ ਨੀਵਾਂ ਆਖਿਆ ਜਾਂਦਾ ਸੀ, ਉਹਦੇ ਵਾਸਤੇ ਪਾਬੰਦੀ ਸੀ ਵੀ ਉਹ ਨਾ ਤਾਂ ਆਪਣੇ ਮੁੱਖ ਤੋਂ ਪ੍ਰਭੂ ਦਾ ਕੋਈ ਭਜਨ, ਉਸ ਮਾਲਕ ਦੀ ਬੰਦਗੀ ਦੀ ਬਾਤ, ਉਸ ਦਾਤੇ ਦੀ ਆਰਾਧਨਾ ਕਰ ਸਕਦਾ ਰਸਨਾ ਨਾਲ, ਅਤੇ ਕੰਨਾਂ ਨਾਲ ਸੁਣ ਵੀ ਨਹੀਂ ਸਕਦਾ। ਔਰ ਸਿੱਕਾ ਤੱਕ ਢਾਲ ਕੇ ਉਹਦੇ ਕੰਨਾਂ ਦੇ ਅੰਦਰ ਪਾ ਦਿੱਤਾ ਜਾਂਦਾ ਸੀ। ਇਹੋ ਜਿਹਾ ਵੀ ਸਮਾਜ ਵਿੱਚ ਸਮਾਂ ਰਿਹਾ ਜਗਤ ਦੇ ਵਿੱਚ। ਲੇਕਿਨ ਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਕੰਨਾਂ ਦੀ ਗੱਲ ਕੀਤੀ, ਸਗੋਂ ਇਹ ਬਚਨ ਆਖੇ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ, ਕਹਿੰਦੇ ਜੇ ਪ੍ਰਭੂ ਦੀ ਆਵਾਜ਼, ਮਾਲਕ ਦੀ ਸਿਫਤ ਸਲਾਹ ਨਹੀਂ ਨਾ ਸੁਣਦੇ ਤਾਂ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਉਹ ਉਲਟ ਕਰਦੇ ਸਨ ਵੀ ਜਿਹੜਾ ਸੁਣਦਾ ਉਹਦੇ ਬੰਦ ਕਰ ਦਿਓ। ਗੁਰੂ ਪਾਤਸ਼ਾਹ ਕਹਿੰਦੇ ਜੇ ਨਹੀਂ ਸੁਣਦੇ ਤਾਂ ਇਹਨਾਂ ਦਾ ਕੋਈ ਫਾਇਦਾ ਨਹੀਂ, ਪਰ ਉਹ ਕਹਿੰਦੇ ਆ ਵੀ ਜੇ ਕੋਈ ਦੂਸਰੇ ਵਰਨ ਦਾ ਬੰਦਾ ਹੋ ਕੇ ਸੁਣਨ ਦਾ ਯਤਨ ਕਰਦਾ ਉਹਦੇ ਕੰਨ ਬੰਦ ਕਰ ਦਿਓ, ਉਹ ਸੁਣ ਨਹੀਂ ਸਕਦਾ, ਕਿਉਂਕਿ ਉਹ ਤਾਂ ਰੱਬ ਦੀ ਨਾ ਇਬਾਦਤ ਕਰ ਸਕਦਾ ਨਾ ਸੁਣ ਸਕਦਾ। ਪਰ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ, ਬੜੀ ਵੱਡੀ ਬਖਸ਼ਿਸ਼ ਕੀਤੀ ਸਾਨੂੰ, ਜੋ ਗੁਰਬਾਣੀ ਦੀ ਦਾਤ ਦਿੱਤੀ ਹੈ, 31 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕੀਤੇ ਹੈ। ਸਤਿਗੁਰਾਂ ਨੇ ਉੱਥੇ ਸੁਣਨ ਦਾ ਬੜਾ ਵੱਡਾ ਮਹੱਤਵ ਆਖਿਆ ਵੀ ਜੇ ਕਿਤੇ ਤੂੰ ਗੁਰੂ ਦੀ ਬਾਤ ਨੂੰ, ਗੁਰੂ ਦੇ ਬਚਨ ਨੂੰ ਧਿਆਨ ਨਾਲ ਸੁਣ ਲਵੇਂ ਤਾਂ ਉਹ ਤੇਰੀ ਜ਼ਿੰਦਗੀ ਵਿੱਚ ਘਰ ਘਰ ਜਾਏ, ਤੂੰ ਉਹਨੂੰ ਆਪਣੇ ਜੀਵਨ ਵਿੱਚ ਕਮਾ ਲਵੇਂ, ਅਤੇ ਸਹਿਜੇ ਹੀ ਆਪਣੇ ਜੀਵਨ ਵਿੱਚ ਕਿਰਤ ਵਿਰਤ ਕਰਦਿਆਂ ਤੂੰ ਇਸ ਭਵ ਸਾਗਰ ਤੋਂ ਪਾਰ ਹੋ ਜਾਏਗਾ, ਲੋਕ ਵੀ ਸੁਖੀਆ ਅਤੇ ਪਰਲੋਕ ਵੀ ਸੁਹੇਲਾ। ਕਿਉਂਕਿ ਗੁਰੂ ਦੇ ਬਚਨ ਸਾਨੂੰ ਸਮਾਜ ਵਿੱਚ ਰਹਿਣਾ ਕਿਵੇਂ ਹੈ, ਜੀਵਣਾ ਕਿਵੇਂ ਹੈ, ਜ਼ਿੰਦਗੀ ਕਿਸ ਤਰ੍ਹਾਂ ਆਪਾਂ ਨਿਭਾਉਣੀ ਹੈ, ਉਹਦੀ ਸਿੱਖਿਆ ਹੈ ਗੁਰੂ ਕੀ ਬਾਣੀ ਅੰਦਰ। ਪਰ ਜੇ ਆਪਾਂ ਸੁਣਾਂਗੇ ਤਾਂ ਬਾਤ ਤਾਂ ਹੀ ਬਣੇਗੀ। ਇਸੇ ਕਰਕੇ ਅੱਜ ਮਹਾਰਾਜ 10ਵੀਂ ਪੌੜੀ ਵਿੱਚ ਜਿਹੜਾ ਬਚਨ ਕਹਿ ਰਿਹਾ, ਸੁਣਿਆ ਸੱਤ ਸੰਤੋਖ ਗਿਆਨ, ਕਹਿੰਦੇ ਗੁਰੂ ਦੀ ਸਿੱਖਿਆ, ਮਾਲਕ ਦਾ ਨਾਮ ਸੁਣਨ ਨਾਲ ਸੱਚਾ ਸਬਰ ਅਤੇ ਬਾਕੀ ਆਤਮਕ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਨਾਮ ਸੁਣਨ ਨਾਲ ਕਹਿੰਦੇ ਜੀਵਨ ਵਿੱਚ ਸੰਤੋਖ, ਕਿਉਂਕਿ ਮਹਾਰਾਜ ਦੱਸਣਗੇ ਨਾ ਸਾਨੂੰ ਸੰਤੋਖ ਕੀ ਹੁੰਦਾ, ਸਾਡੇ ਜੀਵਨ ਦੇ ਵਿੱਚ ਲੱਭ ਹੈ, ਲਾਲਚ ਹੈ। ਸੰਤੋਖ ਦਾ ਮਾਇਨਾ ਇਹ ਮਤ ਸਮਝ ਲੈਣਾ ਵੀ ਬੰਦਾ ਉਹ ਕੋਈ ਕੰਮ ਕਾਰ ਨਹੀਂ ਕਰਦਾ। ਅਸੀਂ ਕਈ ਵਾਰੀ ਕੋਈ ਬੰਦਾ ਆਪਣੀ ਕਿਰਤ ਵਾਸਤੇ ਦੌੜ ਭੱਜ ਕਰਦਾ, ਸਟਰਗਲ ਕਰਦਾ ਹੈ, ਐਫਰਟ ਕਰਦਾ, ਅਸੀਂ ਕਈ ਵਾਰੀ ਉਹਨੂੰ ਲਾਲਚੀ ਕਹਿ ਦਿੰਦੇ ਹਾਂ ਵੀ ਵੇਖੋ ਇਹ ਲਾਲਚ ਵਿੱਚ ਭੱਜਾ ਫਿਰਦਾ। ਨਹੀਂ, ਕੋਈ ਬੰਦਾ ਜ਼ਿੰਮੇਵਾਰੀ ਦੇ ਨਾਲ ਆਪਣੀ ਡਿਊਟੀ 'ਤੇ ਸਮੇਂ ਸਿਰ ਪਹੁੰਚਣ ਵਾਸਤੇ ਦੌੜ ਕਰਦਾ, ਇਹ ਲਾਲਚ ਨਹੀਂ ਹੈ। ਕੋਈ ਕਿਸਾਨ ਆਪਣਾ ਵੱਤਰ ਸੰਭਾਲਣ ਵਾਸਤੇ ਦੌੜ ਭੱਜ ਕਰ ਰਿਹਾ ਵੀ ਸਮੇਂ ਸਿਰ ਫਸਲ ਬੀਜ ਜਾਏ, ਕੋਈ ਲਾਲਚ ਥੋੜ੍ਹੀ ਹੈ, ਇਹ ਤਾਂ ਆਪਣੀ ਕਿਰਤ ਨੂੰ ਇਮਾਨਦਾਰੀ ਨਾਲ ਕਰ ਰਿਹਾ ਹੈ। ਲਾਲਚ ਦੀ ਪਰਿਭਾਸ਼ਾ ਹੋਰ ਹੈ, ਲਾਲਚ ਵੱਸ ਬੰਦਾ ਲੱਭ ਵੱਸ ਦੂਸਰਿਆਂ ਦਾ ਹੱਕ ਮਾਰਦਾ, ਦੂਸਰਿਆਂ ਦਾ ਜੋ ਕੁਝ ਆ ਉਹ ਖੋਹਣਾ ਚਾਹੁੰਦਾ ਹੈ, ਉੱਥੇ ਜਾ ਕੇ ਲਾਲਚ ਆਉਂਦਾ ਹੈ, ਉਹ ਗੁਜਰਾਨ ਤੋਂ ਅੱਗੇ ਗੱਲ ਲੰਘ ਜਾਂਦੀ। ਪਰ ਸਤਿਗੁਰਾਂ ਦੀ ਬਾਣੀ ਨੇ ਇਸੇ ਕਰਕੇ ਬਚਨ ਕਹਿ ਦਿੱਤੇ, ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਸ਼ੂ ਨਾ ਸੂਝੀ, ਵਿਖਿਆ ਮੈਂ ਕਿਨਹੀ ਤ੍ਰਿਪਤ ਨ ਪਾਈ, ਜੋ ਪਾਵਕ ਇੰਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਗਾਈ। ਅਗਾਈ ਦਾ ਅਰਥ ਹੈ ਰੱਜਣਾ। ਕਹਿੰਦੇ ਵੱਡੇ ਵੱਡੇ ਰਾਜੇ ਅਤੇ ਭੂਮਣ ਦਾ ਅਰਥ ਹੈ ਭੂਮੀਪਤੀ, ਜਿਨ੍ਹਾਂ ਕੋਲ ਬੜੀਆਂ ਜ਼ਮੀਨੋਂ ਜਾਇਦਾਦ, ਬਹੁਤ ਕੁਝ ਦੇ ਮਾਲਕ। ਤ੍ਰਿਸ਼ਨਾ ਤਾਂ ਉਹਨਾਂ ਦੀ ਵੀ ਨਹੀਂ ਬੁੱਝੀ, ਭੁੱਖ ਤਾਂ ਉਹਨਾਂ ਦੀ ਨਹੀਂ ਬੁੱਝੀ, ਕਿਉਂਕਿ ਸੰਤੋਖ ਨਹੀਂ ਆਇਆ। ਅਤੇ ਇੱਕ ਬੰਦਾ ਸਬਰ ਦੇ ਵਿੱਚ ਹੈ, ਸੰਤੋਖ ਦੇ ਵਿੱਚ ਹੈ,
ਉਹ ਅੱਧੀ ਰੋਟੀ ਦੇ ਉੱਤੇ ਵੀ ਖੁਸ਼ ਹੋ ਜਾਂਦਾ। ਲਾਲਚੀ ਬੰਦਾ ਜਿਹੜਾ ਉਹਦੇ ਜੀਵਨ ਵਿੱਚ, ਉਹਨੂੰ ਮਹਾਰਾਜ ਨੇ ਗੁਰਬਾਣੀ ਵਿੱਚ ਕੂਕਰ ਦੇ ਨਾਲ ਸਮਾਨਤਾ ਦਿੱਤੀ ਹੈ ਵੀ ਜਿਵੇਂ ਕੁੱਤਾ ਹੁੰਦਾ ਨਾ ਲਾਲਚੀ, ਉਹ ਦੌੜਿਆ ਫਿਰਦਾ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ, ਮਹਾਰਾਜ ਕਹਿੰਦੇ, ਬਿਰਥਾ ਕਹੋ ਕੌਣ ਸਿਓ ਮਨ ਕੀ, ਲੋਭ ਗਰਸਿਓ ਦਸ ਹੂੰ ਦਿਸ਼ ਧਾਵਤ, ਆਸਾ ਲਾਗਿਓ ਧਨ ਕੀ ਸੁੱਖ ਕਹਿ ਏਤ, ਬਹੁ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ। ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਦਰ ਦਰ 'ਤੇ ਦੌੜਿਆ ਫਿਰਦਾ ਲਾਲਚ ਵੱਸ ਹੋ ਕੇ ਕੂਕਰ ਦੀ ਤਰ੍ਹਾਂ। ਪਰ ਕਹਿੰਦੇ ਗੁਰੂ ਦੀ ਬਾਣੀ, ਗੁਰੂ ਦਾ ਬਚਨ, ਮਾਲਕ ਦਾ ਨਾਮ ਸੁਣਨ ਨਾਲ ਇਹ ਸਮਝ ਆਉਂਦੀ ਹੈ ਕਿ ਬਿਨਾਂ ਸੰਤੋਖ ਨਹੀਂ ਕੋਈ ਰੱਜ ਹੈ। ਸੰਤੋਖ ਤੋਂ ਬਗੈਰ ਕੋਈ ਬੰਦਾ ਰੱਜ ਨਹੀਂ ਸਕਦਾ। ਅਤੇ ਜਿਨ੍ਹਾਂ ਦੇ ਜੀਵਨ ਵਿੱਚ ਸਬਰ ਆ ਗਿਆ, ਮਹਾਰਾਜ ਕਹਿੰਦੇ ਅਸਲ ਵਿੱਚ ਰਾਜੇ ਉਹ ਹੋਇਆ ਕਰਦੇ, ਕੋਈ ਪਦਵੀ ਪ੍ਰਾਪਤ ਕਰਕੇ ਰਾਜਾ ਨਹੀਂ ਹੁੰਦਾ। ਜਿਹਦੇ ਜੀਵਨ ਵਿੱਚ ਸੰਤੋਖ ਆ ਗਿਆ, ਅਤੇ ਉਹ ਸੰਤੋਖ ਦੀ ਉਦਾਹਰਣ ਦਿੰਦਿਆਂ ਬਾਬੇ ਫਰੀਦ ਨੇ ਆਖਿਆ, ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਲਲਚਾਉਣਾ। ਹੁਣ ਚੋਪੜੀ ਦਾ ਅਰਥ ਇੱਥੇ ਘਿਓ ਤੋਂ ਨਹੀਂ ਹੈ, ਵੀ ਆਪਾਂ ਆਖੀਏ ਪ੍ਰਸ਼ਾਦੇ 'ਤੇ ਥਿੰਦਾ ਨਹੀਂ ਲਾਉਣਾ, ਘਿਓ ਨਹੀਂ ਲਾਉਣਾ, ਬਟਰ ਮੱਖਣ ਨਹੀਂ ਲਾਉਣਾ, ਨਾ। ਇੱਥੇ ਚੋਪੜੀ ਦਾ ਭਾਵ ਹੈ ਬਈ ਤੂੰ ਕਿਸੇ ਨੂੰ ਚੰਗਾ ਚੋਖਾ ਖਾਂਦਾ ਵੇਖ ਕੇ ਲਾਲਚ ਵਿੱਚ ਆ ਕੇ ਆਪਣਾ ਜੀ ਨਾ ਤਰਸਾ, ਅਤੇ ਉਹਨੂੰ ਵੇਖ ਕੇ ਕਿਤੇ ਗਲਤ, ਹਾਂ ਸਹੀ ਤਰੀਕੇ ਨਾਲ ਕਮਾਈ ਕਰਕੇ ਤੂੰ ਸੋਨੇ ਦੀ ਥਾਲੀ ਦੇ ਵਿੱਚ ਵੀ ਪ੍ਰਸ਼ਾਦਾ ਛਕੇ। ਅਤੇ ਮਹਾਰਾਜ ਕਹਿੰਦੇ ਕੋਈ ਓਬਜੈਕਸ਼ਨ ਨਹੀਂ ਹੈ, ਕੋਈ ਮਾੜਾ ਨਹੀਂ, ਪਰ ਤੂੰ ਦੂਸਰਿਆਂ ਦਾ ਹੱਕ ਖੋਹ ਕੇ ਅਤੇ ਦਿਖਾਵਾ ਕਰੇ ਬਈ ਮੈਂ ਤਾਂ ਜੀ ਭਾਂਡੇ 'ਚ ਨਹੀਂ, ਮੈਂ ਤਾਂ ਹੱਥ 'ਤੇ ਰੱਖ ਕੇ ਰੋਟੀ ਖਾਂਦਾ, ਜੇ ਉਹ ਤੇਰੇ ਹੱਕ ਦੀ ਨਹੀਂ ਤਾਂ ਚੇਤਾ ਰੱਖੀ ਹੱਥ 'ਤੇ ਰੱਖ ਕੇ ਖਾਧੀ ਹੋਈ ਵੀ ਮਾਲਕ ਦੇ ਦਰ 'ਤੇ ਪ੍ਰਵਾਨੀ, ਉਹਦੇ ਦਰ ਦਾ ਦੋਸ਼ੀ ਹੋਏਗਾ ਤੂੰ। ਦਸਾਨੋਆਂ ਦੀ ਕਿਰਤ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਖਾ ਰਿਹਾ ਕੋਈ ਬਾਤ ਨਹੀਂ, ਪਰ ਜੀਵਨ ਵਿੱਚ ਸੰਤੋਖ ਹੋਣਾ, ਅਤੇ ਜਿਹੜਾ ਬੰਦਾ ਸੰਤੋਖੀ ਉਹ ਫਿਰ ਵੰਡਦਾ ਹੈ। ਜਿਹੜਾ ਆਖਿਆ ਨਾ ਕਿਰਤ ਕਰੋ ਨਾਮ ਜਪੋ ਵੰਡ ਛਕੋ, ਸੰਤੋਖੀ ਵੰਡ ਸਕਦਾ, ਜਿਹੜਾ ਬੰਦਾ ਭੁੱਖਾ ਉਹਨੇ ਕੀ ਵੰਡਣਾ, ਉਹ ਤਾਂ ਆਪਣੇ ਵੱਲ ਨੂੰ ਖਿੱਚੇਗਾ। ਤਾਂ ਕਰਕੇ ਆਸਾ ਕੀ ਵਾਰ ਵਿੱਚ ਬਚਣ ਆਖਿਆ, ਸੇਵ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ 'ਤੇ ਆਇਆ, ਸੰਤੋਖੀ ਬੰਦਿਆਂ ਨੇ ਸੇਵਾ ਕੀਤੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਉਹਨਾਂ ਦੀ ਸੇਵਾ ਸੀ ਲੰਗਰ ਦੇ ਵਿੱਚ। ਅੱਜ ਕੋਈ ਸੱਜਣ ਆਇਆ, ਕਈ ਵਾਰੀ ਬੰਦੇ ਦੀ ਆਦਤ ਹੁੰਦੀ ਹੈ ਨਾ, ਉਹਨੇ ਥਾਲ ਇਸ ਤਰ੍ਹਾਂ ਅੱਗੇ ਜਦੋਂ ਰੱਖਿਆ ਅਤੇ ਉਹਨਾਂ ਨੇ ਦੋ ਪ੍ਰਸ਼ਾਦੇ ਰੱਖ ਦਿੱਤੇ ਵਿੱਚ। ਇੱਕ ਵੇਲੇ ਆਇਆ ਸੀ, ਉਹ ਵੇਖਿਆ ਟੋਕਰੀ ਵਿੱਚ ਦੋ ਹੀ ਸਨ, ਦੋ ਹੀ ਰੱਖ ਦਿੱਤੇ ਅੱਗੇ, ਅਤੇ ਅਜੇ ਦੋ ਖਾਧੇ ਨਹੀਂ ਖਾਣ ਵਾਲੇ ਨੇ। ਆਂਹਦਾ ਪਤਾ ਕੀ ਹੈ, ਆਂਹਦਾ ਬਸ ਦੋ ਹੀ ਇੰਨੇ ਹੀ। ਅਤੇ ਅੱਗੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਖਿਆ, ਕਹਿੰਦੇ ਗੁਰਮੁਖਾ ਭਲਿਆ, ਇਹ ਮੈਂ ਗੁਰੂ ਦੇ ਲੰਗਰ ਵੱਲੋਂ ਕੁਝ ਦੇ ਦਿੱਤਾ, ਕੁਝ ਆਪਣੇ ਵੱਲੋਂ ਪਾ, ਇਹੋ ਹੀ ਨਹੀਂ ਮੁੱਕਣੇ, ਬਹੁਤ ਹੋ ਜਾਣਗੇ। ਉਹ ਹੈਰਾਨ ਹੋ ਗਿਆ, ਆਂਹਦਾ ਮੇਰੇ ਕੋਲ ਹੁੰਦੇ ਤਾਂ ਮੈਂ ਇੱਥੇ ਛਕਣੇ ਹੀ ਨਹੀਂ ਸਨ, ਬਹਿ ਕੇ ਮੈਂ ਆਪਣੇ ਖਾ ਲੈਂਦਾ, ਮੇਰੇ ਕੋਲ ਤਾਂ ਹੈ ਹੀ ਨਹੀਂ, ਮੈਂ ਆਪਣੇ ਕੋਲੋਂ ਕੀ ਪਾਵਾਂ। ਅਤੇ ਉਹਨਾਂ ਬੜਾ ਪਿਆਰਾ ਬਚਨ ਆਖਿਆ, ਕਹਿੰਦੇ ਆਪਣੇ ਵੱਲੋਂ ਇਹਦੇ ਵਿੱਚ ਸੰਤੋਖ ਮਿਲਾ, ਆਪਣੇ ਵੱਲੋਂ ਇਹਦੇ ਵਿੱਚ ਸੰਤੋਖ ਮਿਲਾ, ਸਬਰ ਮਿਲਾ, ਅਤੇ ਜਦੋਂ ਸਬਰ ਨਾਲ ਦੋ ਛਕੇਗਾ ਨਾ, ਦੋ ਕੀ ਸਬਰ ਨਾਲ ਅਤੇ ਅੱਧੀ ਖਾ ਲਈਏ ਤਾਂ ਉਹ ਬਹੁਤ ਹੁੰਦੀ ਹੈ, ਅਤੇ ਸਬਰ ਨਾ ਹੋਵੇ ਤਾਂ ਬੰਦਾ ਪਤਾ ਨਹੀਂ ਕੀ ਕੁਝ ਖਾ ਜਾਂਦਾ, ਫਿਰ ਭੁੱਖੇ ਦਾ ਭੁੱਖ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਸੁਣਿਆ ਸਤ ਸੰਤੋਖ ਗਿਆਨ, ਮਹਾਰਾਜ ਨੇ ਵੰਡ ਕੇ ਵਿਖਾਇਆ। ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ ਆਪਾਂ, ਜੋਗੀਆਂ ਨੇ ਆਖਿਆ ਸੀ ਵੀ ਤੁਸੀਂ ਵੰਡ ਕੇ ਛਕਣ ਦੀ ਗੱਲ ਕਰਦੇ ਹੋ, ਅਸੀਂ ਆ ਤਿਲ ਦਿੰਦੇ ਹਾਂ, ਤਿਲ ਵੰਡ ਕੇ ਵਿਖਾਓ। ਤਿਲ ਆਪ ਜੀ ਨੇ ਵੇਖੇ ਹੋਣਗੇ, ਰਿਉੜੀਆਂ ਇਤਿਆਦਿਕ ਦੇ ਉੱਤੇ ਲੱਗੇ ਹੁੰਦੇ ਆ, ਬੜਾ ਛੋਟਾ ਦਾਣਾ। ਤੋ ਹੁਣ ਕਹਿੰਦੇ ਜਦੋਂ ਆਖਿਆ ਨਾ ਤਿਲ ਵੰਡ ਕੇ ਵਿਖਾਓ, ਮਹਾਰਾਜ ਨੇ ਤਿਲ ਲੈ ਲਿਆ। ਹੁਣ ਉਹ ਜੋਗੀਆਂ ਨੇ ਅਤੇ ਉਹ ਜਿਹੜਾ ਡੰਡਾ ਅਤੇ ਸੁਨਹਿਰਾ ਰੱਖਿਆ ਸੀ ਨਾ ਦੌਰੀਓ, ਅਤੇ ਉਹ 'ਚ ਭੰਗ ਰਗੜ ਕੇ ਪੀਂਦੇ ਸਨ, ਉਹਨਾਂ ਤਾਂ ਨਹੀਂ ਸੀ ਇਹਨਾਂ ਚੀਜ਼ਾਂ ਦਾ ਪਤਾ।
ਉਹਨੂੰ ਸਾਫ਼ ਕਰ ਧੋ ਕੇ ਉਹਦੇ ਵਿੱਚ ਤਿਲ ਰੱਖ ਕੇ ਰਗੜ ਕੇ ਵਿੱਚ ਪਾਣੀ ਪਾਇਆ, ਨਾਲ ਘੋਲ ਦਿੱਤਾ ਅਤੇ ਜੋਗੀਆਂ ਨੂੰ ਆਖਿਆ ਆ ਜਾਓ ਛੱਕ ਲਓ। ਉਹ ਹੈਰਾਨ ਰਹਿ ਗਏ। ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਆਖਿਆ ਸੀ, ਕਹਿੰਦੇ ਨਾਥ ਜੋਗੀ ਵੰਡਣ ਦੀ ਭਾਵਨਾ ਹੋਵੇ ਤਾਂ ਇੱਕ ਤਿਲ ਵੀ ਵੰਡ ਕੇ ਛਕਿਆ ਜਾ ਸਕਦਾ, ਅਤੇ ਜੇ ਅੰਦਰ ਸੰਤੋਖ ਨਾ ਹੋਵੇ, ਸਬਰ ਨਾ ਹੋਵੇ ਤਾਂ ਕਿੰਨਾ ਕੁਝ ਵੀ ਹੋਵੇ ਤਾਂ ਬੰਦਾ ਉਹਦੇ ਵਿੱਚੋਂ ਇੱਕ ਤਿਲ ਜਿੰਨਾ ਵੀ ਕਿਸੇ ਨੂੰ ਨਹੀਂ ਦੇ ਸਕਦਾ। ਜੇ ਕਿਤੇ ਅੰਦਰ ਸਬਰ ਆ ਜਾਏ ਤਾਂ ਥੋੜ੍ਹੇ 'ਚੋਂ ਥੋੜ੍ਹਾ ਵੀ ਵੰਡਿਆ ਜਾ ਸਕਦਾ, ਲਾਲਚ ਆ ਜਾਏ ਤਾਂ ਬੰਦਾ ਭਾਵੇਂ ਜਿੰਨਾ ਕੁਝ ਮਰਜ਼ੀ ਹੋ ਜਾਏ ਕਿਸੇ ਨੂੰ ਕੁਝ ਵੀ ਨਹੀਂ ਦੇ ਸਕਦਾ, ਕੁਛ ਨਹੀਂ ਕਰ ਸਕਦਾ। ਸਤਿਗੁਰੂ ਮਹਾਰਾਜ ਤਾਂ ਕਰਕੇ ਕਹਿੰਦੇ ਸੁਣਿਆ ਸੱਤ ਸੰਤੋਖ ਗਿਆਨ, ਫਿਰ ਕਹਿੰਦੇ ਸੁਣਿਆ 68 ਕਾ ਇਸ਼ਨਾਨ, 8 ਅਤੇ 60, 60 ਦਾ ਮਤਲਬ 60, 8 ਦਾ ਮਤਲਬ 8, 60 ਅਤੇ 8 68, ਕਿਉਂਕਿ ਸਾਡੇ ਇਸ ਭਾਰਤ ਦੇਸ਼ ਦੇ ਵਿੱਚ 68 ਤੀਰਥਾਂ ਦੀ ਬਾਤ, ਹੁਣ ਤਾਂ ਪਤਾ ਨਹੀਂ ਕਿੰਨੇ ਕੁ ਪਹਿਲੇ 68 ਤੀਰਥਾਂ ਦੀ ਬਾਤ, ਕਹਿੰਦੇ ਉਹ 68 ਤੀਰਥਾਂ 'ਤੇ ਜਿਹਨੂੰ ਲੋਕ ਕਹਿੰਦੇ ਆ ਵੀ ਪੁੰਨ ਮਿਲਦਾ, ਗੁਰਮਤ ਜਿਹੜੀ ਹੈ ਉਹ ਤੀਰਥਾਂ ਦੇ ਇਸ਼ਨਾਨ ਨੂੰ ਨਹੀਂ ਮੰਨਦੀ। ਗੁਰਮਤ ਦਾ ਫਲਸਫਾ ਹੋਰ ਹੈ, ਪਰ ਕਹਿੰਦੇ ਜੋ ਜਗਤ ਕਹਿੰਦਾ ਵੀ 68 ਤੀਰਥਾਂ ਦਾ ਬੜਾ ਵੱਡਾ ਫਲ ਹੈ, ਕਹਿੰਦੇ ਤੂੰ ਗੁਰੂ ਦਾ ਬਚਨ ਧਿਆਨ ਨਾਲ ਸੁਣ, ਤੈਨੂੰ ਉਹ ਫਲ ਪ੍ਰਾਪਤ ਹੋਏਗਾ, ਤੈਨੂੰ ਉਹ ਦਾਤ ਮਿਲੇਗੀ। ਉਹਨਾਂ ਨੂੰ ਤਾਂ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ, ਪਰ ਤੂੰ ਸੁਣ ਗੁਰੂ ਦੀ ਬਾਤ, ਸਭ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ, ਗੁਰੂ ਦੀ ਬਾਤ ਕਿਤੇ ਧਿਆਨ ਨਾਲ ਸੁਣ ਲਈਏ। ਸੁਣਿਆ ਪੜ੍ਹ ਪੜ੍ਹ ਪਾਵੇਂ ਮਾਣ, ਕਹਿੰਦੇ ਪੜ੍ਹ ਪੜ੍ਹ ਕੇ ਜੀਵ ਰੂਪੀ ਜਗਿਆਸੂ ਸੱਚਾ ਮਾਣ ਪਾਉਂਦੇ, ਫਿਰ ਮਾਲਕ ਦੀ ਬਾਣੀ ਨੂੰ, ਗੁਰੂ ਦੇ ਸ਼ਬਦ ਨੂੰ ਜਦੋਂ ਪੜ੍ਹਦੇ ਆ ਨਾ, ਬਾਣੀ ਪੜ੍ਹਦਾ ਕੋਈ ਨਾਮ ਜਪਦਾ, ਉਹਨੂੰ ਮਾਣ ਮਿਲਦਾ। ਇੱਕ ਤਾਂ ਉਹ ਜਿਹੜਾ ਅਭਿਮਾਨ ਵਾਸਤੇ ਪੜ੍ਹਦਾ, ਪੜ੍ਹ ਪੜ੍ਹ ਗੱਡੀ ਲੱਦੀਆਂ ਆਸਾਂ ਕੀ ਵਾਰ ਵਿੱਚ, ਲੇਕਿਨ ਇੱਕ ਹੈ ਕਹਿੰਦੇ ਜਦੋਂ ਗੁਰੂ ਦੀ ਬਾਣੀ ਪਿਆਰ ਵਿੱਚ ਆ ਕੇ ਪੜ੍ਹਦਾ, ਉਹਦਾ ਨਾਮ ਜਪਦਾ, ਫਿਰ ਉਹਨੂੰ ਮਾਣ ਮਿਲਦਾ ਇੱਥੇ ਵੀ ਮਾਲਕ ਦੇ ਘਰ ਵੀ। ਸੁਣਿਆ ਲੱਗੇ ਸਹਿਜ ਧਿਆਨ, ਅਤੇ ਕਹਿੰਦੇ ਮਾਲਕ ਦਾ ਨਾਮ ਸੁਣਦਿਆਂ ਸੁਣਦਿਆਂ ਅਡੋਲ ਅਵਸਥਾ ਸਹਿਜ ਵਿੱਚ ਮਨ ਟਿਕ ਜਾਂਦਾ, ਭਟਕਣਾ ਖਤਮ ਹੁੰਦੀ ਹੈ, ਮਾਲਕ ਮਿਹਰ ਕਰਦੇ ਆ, ਅੰਦਰ ਇੱਕ ਸਕੂਨ ਮਿਲਦਾ ਹੈ ਜਿਹਨੂੰ ਲੱਭਦਾ ਫਿਰਦਾ ਬੰਦਾ, ਬੜਾ ਕੁਝ ਇਕੱਠਾ ਕਰਕੇ ਵੀ ਅਜੇ ਵੀ ਕਲਪਿਆ ਹੋਇਆ ਹੈ, ਘਰ ਬਹੁਤ ਵੱਡਾ ਹੈ, ਗੱਡੀਆਂ ਬੜੀਆਂ ਵੱਡੀਆਂ ਵੱਡੀਆਂ ਨੇ, ਕਾਰੋਬਾਰ ਬੜੇ ਵੱਡੇ ਵੱਡੇ ਨੇ, ਪਰ ਹਿੱਲਿਆ ਹੋਇਆ ਹੈ, ਅੰਦਰੋਂ ਥਿੜਕਿਆ ਹੋਇਆ ਹੈ, ਦੁਖੀ ਹੈ, ਕਲਪਿਆ ਹੋਇਆ ਨਹੀਂ ਹੈ, ਕੁਝ ਤੋਂ ਸਹਿਜ ਨਹੀਂ ਹੈ, ਹਰ ਚੀਜ਼ ਦੇ ਵਿੱਚ ਜਿਹੜਾ ਹੈ ਕਲਪਣਾ ਹੈ। ਕਹਿੰਦੇ ਮਾਲਕ ਦੇ ਸ਼ਬਦ ਨੂੰ ਸੁਣਿਆ ਫਿਰ ਉਹ ਸਹਿਜ ਆਉਂਦਾ, ਧਿਆਨ ਜੁੜਦਾ ਮਾਲਕ ਦੇ ਨਾਲ, ਉਸ ਨਿਰੰਕਾਰ ਦੇ ਨਾਲ। ਹੁਣ ਤਾਂ ਅਸੀਂ ਬੈਠਦੇ ਹਾਂ, ਧਿਆਨ ਜੁੜਦਾ ਨਹੀਂ, ਧਿਆਨ ਕਿਤੇ ਹੁੰਦਾ, ਬੰਦਾ ਕਰੀ ਕੁਝ ਜਾਂਦਾ। ਮਹਾਰਾਜ ਫਿਰ ਅਖੀਰ 'ਤੇ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਕਹਿੰਦੇ ਉਹਦੇ ਪਿਆਰੇ ਭਗਤ ਉਹਦੇ ਚਰਨਾਂ ਨਾਲ ਜੁੜੇ, ਜਿਨ੍ਹਾਂ ਦੇ ਜੀਵਨ ਵਿੱਚ ਸਦਾ ਹੀ ਖੇੜਾ ਰਹਿੰਦਾ ਹੈ, ਔਰ ਜਿਹੜੇ ਮਾਲਕ ਦੇ ਨਾਮ ਨੂੰ ਸੁਣਦੇ ਅਤੇ ਜਿਸ ਨਾਮ ਦਾ ਸਦਕਾ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੁੰਦਾ ਹੈ, ਉਹਨਾਂ ਦਾ ਜੀਵਨ ਨਿਰਮਲ ਹੁੰਦਾ ਹੈ। ਗੁਰੂ ਕਿਰਪਾ ਕਰੇ ਕਿਤੇ ਸਾਨੂੰ ਵੀ ਸੁਣਨ ਦੀ ਜਾਚ ਆ ਜਾਏ, ਅਸੀਂ ਗੁਰੂ ਦੇ ਸ਼ਬਦ ਨੂੰ, ਮਾਲਕ ਦੇ ਨਾਮ ਨੂੰ ਉਸ ਭਾਵਨਾ ਨਾਲ ਸੁਣ ਸਕੀਏ, ਜਿਸ ਨਾਲ ਇਸ ਅਵਸਥਾ ਤੱਕ ਪਹੁੰਚ ਸਕੀਏ ਜਿਸ ਅਵਸਥਾ ਦੀ ਬਾਤ ਸਤਿਗੁਰਾਂ ਨੇ ਇਸ ਪੌੜੀ ਵਿੱਚ ਪਾਈ ਹੈ। ਬੇਅੰਤ ਭੁੱਲਾਂ ਹੋਈਆਂ ਨੇ, ਗੁਰੂ ਕੀ ਸੰਗਤ, ਗੁਰੂ ਪਿਆਰੇ ਆਪ ਸਾਹਿਬ ਬਖਸ਼ਣਯੋਗ, ਬਖਸ਼ ਲੈਣਾ ਜੀ, ਕਰੋ ਕਿਰਪਾ, ਬੁਲਾਓ ਫਤਿਹ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।